ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਾਂ ਆ ਗਏ ਨੇ ਲੰਡਨ ਵਿੱਚ ਅਤੇ ਇੱਥੇ ਇੱਕ ਰੈਸਟੋਰੈਂਟ ਹੈਗਾ, ਉਹਦਾ ਨਾਂ ਕੀ ਹੈ ਬਈ? ਲਵ ਕੰਸਰਟੋ, ਠੀਕ ਹੈ ਜੀ। ਇੱਥੇ ਉਹ ਕਹਿੰਦੇ ਨੇ ਤੁਸੀਂ ਪੀ ਲਓ, ਚਾਹ ਪੀ ਲਓ ਜੀ, ਆਫਟਰਨੂਨ ਟੀ, ਆਫਟਰਨੂਨ ਟੀ ਉਹਨਾਂ ਨੇ ਦਿੱਤੀ ਹੈ ਮੈਨੂੰ ਬਈ। ਮੈਂ ਪੀ ਕੇ ਵੀ ਸਮਾਲ ਹੋ ਗਿਆ, ਨਿਹਾਇਤ ਹੀ ਬਕਵਾਸ ਟੀ ਹੈ, ਠੀਕ ਹੈ ਨਾ। ਇਹਨਾਂ ਨੂੰ ਪਤਾ ਹੀ ਨਹੀਂ ਹੋਇਆ ਅੰਗਰੇਜ਼ਾਂ ਨੂੰ, ਯਥਾ ਪਤਾ ਕਿੰਨੀ ਚਾਹ ਪੀ ਜਾਂਦੀ ਹੈ ਵੀ। ਇਹਨਾਂ ਨੇ ਦੋ ਦੋ ਕੱਪ ਬਣਾਈ ਹੈ ਇਹਦੇ ਵਿੱਚ ਟੀ, ਇਹਦੇ 'ਚ ਪਾਇਆ ਇਹਨਾਂ ਨੇ ਇੱਕ ਟੀ ਬੈਗ, ਨਾ ਤਾਂ ਕੋਈ ਮਸਾਲੇ ਮਸੂਲੇ ਪਾਏ ਨੇ, ਨਾ ਲੌਂਗ ਪਾਈ ਹੈ, ਨਾ ਇਹਨਾਂ ਨੇ ਇਲਾਚੀ ਪਾਈ, ਨਾ ਇਹਨਾਂ ਨੇ ਤੁਲਸੀ ਪਾਈ ਆ, ਨਾ ਅਦਰਕ ਹੈ। ਅਤੇ ਕੀ ਫਿਰ ਇਹਨਾਂ ਦਾ ਸਵਾਹ ਬਣਨਾ ਸੀਗਾ? ਬਿਲਕੁਲ ਹੀ ਬੇਹੂਦਾ ਹੈ, ਠੀਕ ਹੈ ਨਾ ਜੀ। ਤੁਸੀਂ ਸਾਡੇ ਘਰ ਆ ਜਾਓ, ਆਪਾਂ ਤੁਹਾਨੂੰ ਪਿਲਾਉਂਦੇ ਨੇ ਚਾਹ, ਚਾਹ ਦੇ ਨਾਲ ਦੇਵਾਂਗੇ ਬਿਸਕੁਟ, ਬਿਸਕੁਟ ਵੀ ਚੰਗੇ ਪਾਰਲੇ ਜੀ ਵਾਲੇ ਦੇਵਾਂਗੇ, ਜਿਹਦੇ ਫਿਰ ਆਟੇ ਦੇ ਬਿਸਕੁਟ ਦੇਵਾਂਗੇ ਬੇਕਰੀ ਵਾਲੇ, ਰਸ ਖਾ ਲਓ ਤੁਸੀਂ, ਠੀਕ ਹੈ ਨਾ। ਅਤੇ ਜੇ ਤਾਂ ਥੋੜ੍ਹੀ ਮੀਂਹ ਪੈ ਰਹੀ ਹੁੰਦੀ ਨਾ ਤਾਂ ਤੁਹਾਨੂੰ ਮੈਂ ਪਕੌੜੇ ਵੀ ਦੇਵਾਂਗਾ, ਠੀਕ ਹੈ ਨਾ। ਅਤੇ ਬਟ ਇਹ ਤਾਂ ਜੀ ਬਿਲਕੁਲ ਤੁਸੀਂ ਅਵੋਇਡ ਕਰ ਸਕਦੇ ਹੋ, ਆ ਜਾਓ ਮੈਂ ਪਿਲਾਉਣਾ ਤੁਹਾਨੂੰ ਚਾਹ, ਠੀਕ ਹੈ ਨਾ। ਓਕੇ ਜੀ, ਬਾਏ।